ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡਾ ਸਾਰੇੰ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜਿਸ ਦੇ ਵਿੱਚ ਕਲਰਕ ਠੀਕ ਹੈ ਜੀ ਔਰ ਇਸੇ ਦੇ ਨਾਲ ਸਹਾਇਕ ਸੁਪਰਵਾਈਜ਼ਰ ਤੇ ਸੁਪਰਡੈਂਟ ਦੀ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜਿਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਪਾਉਂਗੇ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਲੇਟੈਸਟ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ ਉਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਤੇ ਜਾਣਾ ਤੇ ਉੱਥੇ ਜਾ ਤਾਂ ਉਹ ਤੋਂ ਤੁਸੀਂ ਚੈੱਕ ਕਰਕੇ ਅਪਲਾਈ ਵੀ ਕਰ ਪਾਉਗੇ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਵੈਕੈਂਸੀਜ਼ ਦੀ ਗੱਲ ਕਰਦੇ ਹਾਂ ਜੀ ਇਹ ਚ ਪੰਜਾਬ ਦੀ ਲੋਕੇਸ਼ਨ ਰਹੇਗੀ ਕੈਂਡੀਡੇਟਸ ਦੇ ਲਈ ਪੰਜਾਬ ਦੇ ਕੈਂਡੀਡੇਟ ਹੀ ਐਲੀਜੀਬਲ ਨੇ ਇੰਸਿਸਟੈਂਟ ਇੰਜੀਨੀਅਰ ਦੀ ਪਹਿਲੀ ਪੋਸਟ ਹੈ ਜਿਸ ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਇਹਦੇ ਵਿੱਚ 55,000 ਤੋਂ ਲੈ ਕੇ 1,70,000 ਤੱਕ ਤੁਹਾਡੀ ਸੈਲਰੀ ਰਹੇਗੀ ਉਹ ਤੁਹਾਡੇ ਕੋਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਹੋਣੀ ਜ਼ਰੂਰੀ ਹੋਵੇਗੀ ਉਹ ਹੀ ਕੈਂਡੀਡੇਟ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਹੈਗੀ ਹੈ ਜੀ ਓਵਰਸੀਅਰ ਦੀ ਵੈਕੈਂਸੀ ਹੈ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਵੀ 38,500 ਤੋਂ ਲੈ ਕੇ 1,00,000 22700 ਤੋਂ ਦੀ ਸੈਲਰੀ ਹੋਵੇਗੀ ਤੁਹਾਡੇ ਕੋਲ ਜਿਹੜਾ ਡਿਪਲੋਮਾ ਹੋਣਾ ਚਾਹੀਦਾ ਹੈ ਇਹ ਡਿਪਲੋਮਾ ਜੋ ਕਿ ਜੂਨੀਅਰ ਇੰਜੀਨੀਅਰ ਜਾਂ ਮੈਕੈਨਿਕਲ ਇੰਜੀਨੀਅਰਿੰਗ ਠੀਕ ਹੈ ਜੀ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਟਿਊਟ ਤੋਂ ਅਪਲਾਈ ਕਰ ਸਕਦੇ ਹੋ 1 ਇਅਰ ਦਾ ਵਰਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਡਰਾਫਟਮੈਨ ਦੀ ਇੱਕ ਪੋਸਟ ਆਊਟ ਜਿਹੜੀ ਉਹ ਕੀਤੀ ਗਈ ਹੈ ਜੀ ਇਸ ਦੇ ਵਿੱਚ 38000 ਤੋਂ ਲੈ ਕੇ 122700 ਤੁਹਾਡੀ ਸੈਲਰੀ ਰਹੇਗੀ ਇਸ ਦੇ ਵਿੱਚ ਤੁਹਾਡੇ ਕੋਲ ਐਨਟੀਸੀ ਮਤਲਬ ਨੈਸ਼ਨਲ ਟ੍ਰੇਡ ਸਰਟੀਫਿਕੇਟ ਕਿਸੇ ਵੀ ਰਿਕੋਗਨਾਈਜ਼ਡ ਇੰਡਸਟਰੀਅਲ ਟ੍ਰੇਨਿੰਗ ਮਿਲ ਆਈਟੀਆਈ ਦਾ ਹੋਣਾ ਜ਼ਰੂਰੀ ਔਰ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਮੈਡੀਕਲ ਅਫੀਸਰ ਦੀ ਇੱਕ ਪੋਸਟ ਹੈ ਜਿਸ ਦੇ ਵਿੱਚ ਤੁਹਾਡੀ 56 100 ਤੋਂ ਲੈ ਕੇ 17500 ਸੈਲਰੀ ਦੇਵੇਗੀ ਜਿੰਨਾ ਕੈਂਡੀਡੇਟ ਨੇ ਐਮਬੀਬੀਐਸ ਡਿਗਰੀ ਕੀਤੀ ਹੋਈ ਹੈ ਉਹ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਸਟਾਫ ਨਰਸ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ 35000 600 ਤੁਹਾਡੀ ਜਿਹੜੀ ਸੈਲਰੀ ਇਸ ਤੇ ਰਹੇਗੀ ਔਰ ਤੁਹਾਡੇ ਕੋਲ ਸੀਨੀਅਰ ਸੈਕੰਡਰੀ ਸਕੂਲ ਪਾਰਟ 2 ਦੀ ਐਗਜ਼ਾਮੀਨੇਸ਼ਨ ਜਿਹੜੇ ਤੁਹਾਡੇ ਹੋਣੇ ਜ਼ਰੂਰੀ ਹੋਣਗੇ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਇੱਥੇ ਗੱਲ ਕਰ ਰਹਾ ਤੁਹਾਡੀ ਠੀਕ ਹੈ ਜੀ ਸੈਨੀਟਰੀ ਇੰਸਪੈਕਟਰ ਦੀ ਇੱਕ ਪੋਸਟ ਹੈ ਲੈਵਲ 10 ਦੇ ਅਕੋਰਡਿੰਗਲੀ ਤੁਹਾਡੀ ਸੈਲਰੀ ਰਹੇਗੀ ਗ੍ਰੈਜੂਏਸ਼ਨ ਕਿਸੇ ਵੀ ਦੇਖੋਗੋ ਨਾ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਹੋਈ ਹੈ ਡਿਪਲੋਮਾ ਤੁਸੀਂ ਪਾਸ ਆਊਟ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਇਲੈਕਟ੍ਰੀਸ਼ੀਅਨ ਦੀ ਇੱਕ ਪੋਸਟ ਹੈ ਜੀ ਲੈਵਲ 3 ਦੇ ਅਕੋਰਡਿੰਗਲੀ ਤੁਹਾਡੀ 20200 ਤੋਂ ਲੈ ਕੇ 6400 ਸਟੇਟ ਇੰਡਸਟਰੀਅਲ ਟ੍ਰੇਨਿੰਗ ਤੋਂ ਇੰਸਟੀਚਿਊਟ ਤੋਂ ਤਾਂ ਅਪਲਾਈ ਕਰ ਸਕਦੇ ਹੋ ਜੀ ਉਸ ਦੇ ਵਿੱਚ ਤੁਹਾਡੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ 500 ਰੁਪਏ ਰਹੇਗੀ ਜਨਰਲ ਐਡਬਲਿਊਐਸ ਦੇ ਲਈ ਓਬੀਸੀ ਦੇ ਲਈ 300 ਰੁਪਏ ਜਿਹੜੀ ਹੈ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ ਔਰ ਇਹਦੇ ਲਈ ਤੁਸੀਂ 12/1 ਤੋਂ 2023 ਤੋਂ 5 ਜਿਹੜਾ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਇਸ ਦੇ ਵਿੱਚ ਮੈਂ ਜਲੰਧਰ ਕੈਂਟ ਦੀ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਚ ਦੇ ਦਿੱਤਾ ਚੈੱਕ ਕਰਕੇ ਅਪਲਾਈ ਕਰ ਲਿਓ ਜੀ ਉਸ ਦੇ ਵਿੱਚ ਸਾਰੇ ਦੇ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਜਿਹੜੇ ਨੇ ਉਹ ਮਿਲ ਜਾਣਗੇ ਇਹ ਨੋਟੀਫਿ ਪਹਿਲੋ ਵੀ ਆਇਆ ਸੀਗਾ ਇਹਦਾ ਨੋਟੀਫਿਕੇਸ਼ਨ ਦੁਬਾਰਾ ਤੋਂ ਐਕਸਟੈਂਡ ਕੀਤਾ ਗਿਆ ਇਹਦੇ ਲਈ ਤੁਸੀਂ ਜ਼ਰੂਰ ਤੋਂ ਅਪਲਾਈ ਕਰ ਲੈਣਾ ਹੈ ਲਿੰਕ ਸਾਰੇ ਡਿਸਕ੍ਰਿਪਸ਼ਨ ਚ ਤੁਹਾਨੂੰ ਮਿਲ ਜਾਣਗੇ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ